ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜੇ ਹੋ NRI ਪੰਜਾਬੀ TV ਦੇ ਨਾਲ ਤੇ ਮੈਂ ਵੀਰਪਾਲ ਸ਼ੇਰਗਿੱਲ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ। ਮੈਂ ਦੱਸ ਦੇਵਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਆਏ ਸਨ ਤਾਂ ਸਭ ਤੋਂ ਪਹਿਲਾਂ ਇੱਥੇ ਹੀ ਆਏ ਸਨ, ਪਰ ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਤੋੜਦੇ ਹੋਏ ਇੱਥੇ ਹੱਲਾ ਬੋਲ ਦਿੱਤਾ ਅਤੇ ਹਮਲਾ ਬੋਲ ਦਿੱਤਾ, ਜਿਸ ਤੋਂ ਬਾਅਦ ਇਸ ਅਸਥਾਨ 'ਤੇ ਕਈ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦਾ ਇੱਥੋਂ ਵਿਛੋੜਾ ਪੈ ਗਿਆ ਸੀ, ਜਿੱਥੋਂ ਕਿ ਗੁਰੂ ਗੋਬਿੰਦ ਸਿੰਘ ਜੀ ਵੱਖ ਹੋ ਗਏ ਸਨ ਅਤੇ ਮਾਂ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਵੱਖ ਹੋ ਗਏ ਸਨ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਗ੍ਰੰਥੀ ਸਿੰਘ ਸਾਡੇ ਨਾਲ ਨੇ, ਇਹਨਾਂ ਤੋਂ ਇਤਿਹਾਸ ਜਾਣਾਂਗੇ ਅਤੇ ਜਾਣਾਂਗੇ ਕਿ ਕੀ ਉਸ ਵੇਲੇ ਦਾ ਵਕਤ ਸੀ ਅਤੇ ਕਿੱਦਾਂ ਦਾ ਉਸ ਵੇਲੇ ਦਾ ਵਕਤ ਸੀ ਜਾਂ ਕੀ ਬੀਤੀ ਸੀ ਪਰਿਵਾਰਾਂ 'ਤੇ। ਇਹ ਤਾਂ ਅਸੀਂ ਅੰਦਾਜ਼ਾ ਤੱਕ ਨਹੀਂ ਲਗਾ ਸਕਦੇ, ਪਰ ਗੁਰੂ ਘਰ ਦੇ ਗ੍ਰੰਥੀ ਸਿੰਘ ਤੋਂ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣਾ ਕੀਤਾ ਤਾਂ ਰਸਤੇ ਵਿੱਚ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਆਪਣੇ ਕਸਮਾਂ ਤੋੜਦੇ ਹੋਏ ਉਹਨਾਂ ਉੱਤੇ ਹਮਲਾ ਕਰ ਦਿੱਤਾ, ਜਿਸ ਦਾ ਜਵਾਬ ਭਾਈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੀਵਿਤ ਸਿੰਘ, ਭਾਈ ਉਦਾ ਸਿੰਘ ਜੀ ਨੇ ਦਿੱਤਾ ਅਤੇ ਹੋਰ ਸਿੰਘਾਂ ਨੇ ਦਿੱਤਾ, ਜਿਸ ਵਿੱਚ ਭਾਈ ਉਦਾ ਸਿੰਘ ਜੀ ਦੀ ਸ਼ਹੀਦੀ ਹੋ ਗਈ। ਉਸ ਸਥਾਨ 'ਤੇ ਗੁਰਦੁਆਰਾ ਭਾਈ ਉਦਾ ਸਿੰਘ ਜੀ ਕਲਪ ਬ੍ਰਿਸ਼ ਸੁਸ਼ੋਭਿਤ ਹੈ ਜੀ। ਉਸ ਉਪਰੰਤ ਗੁਰੂ ਸਾਹਿਬ ਜੀ ਅਤੇ ਸਿੰਘ ਇਸ ਸਥਾਨ 'ਤੇ ਪਹੁੰਚੇ, ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਇਸ ਸਥਾਨ ਉੱਤੇ ਵੀ ਪਹਾੜੀ ਰਾਜਾ ਅਤੇ ਮੁਗਲਾਂ ਨੇ ਹਮਲਾ ਕਰ ਦਿੱਤਾ। ਇੱਕ ਪਾਸੇ ਗੁਰੂ ਸਾਹਿਬ ਜੀ ਆਸਾ ਜੀ ਬਾਰ ਦਾ ਕੀਰਤਨ ਕਰ ਰਹੇ ਸਨ ਅਤੇ ਦੂਸਰੇ ਪਾਸੇ ਯੁੱਧ ਚੱਲ ਰਿਹਾ ਸੀ, ਜਿਸ ਵਿੱਚ ਕਿ ਸਿੰਘਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਗੁਰੂ ਸਾਹਿਬ ਜੀ ਸਮਾਂ ਦੇਖਦੇ ਹੋਏ ਅੱਗੇ ਨੂੰ ਵਧੇ, ਅੱਗੇ ਨਾਲ ਹੀ ਸਰਸਾ ਨਦੀ ਇਸ ਸਥਾਨ ਦੇ ਨਾਲ ਸ਼ੋਭਿਤ ਹੋ ਕੇ ਜਾਂਦੀ ਸੀ, ਚਰਨਾਂ ਵਿੱਚ ਜਾਂਦੀ ਸੀ। ਸੋ ਬਰਸਾਤੀ ਨਦੀ ਹੋਣ ਕਰਕੇ, ਵਰਖਾ ਹੋਣ ਦੇ ਕਾਰਨ ਉਸ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਸੀ। ਸੋ ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਆਪਣੇ ਘੋੜੇ ਨਦੀ ਵਿੱਚ ਨੂੰ ਪਾ ਲਏ। ਕੋਈ ਸਿੰਘ ਕਿਤੇ ਜਾ ਕੇ ਲੱਗਿਆ, ਕੋਈ ਕਿਤੇ ਜਾ ਕੇ ਲੱਗਿਆ। ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਹਨਾਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਸਹੇੜੀ ਲੈ ਗਿਆ। ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਚਮਕੌਰ ਸਾਹਿਬ ਵੱਲ ਨੂੰ ਕੂਚ ਕਰਕੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਅਤੇ ਹੋਰ ਸਿੰਘ ਇਹ ਦਿੱਲੀ ਵੱਲ ਨੂੰ ਕੂਚ ਕਰਕੇ ਇਸ ਤਰ੍ਹਾਂ ਇਸ ਪਾਵਨ ਪਵਿੱਤਰ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ, ਜਿਸ ਕਰਕੇ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜੇਕਰ ਗੱਲ ਕਰੀਏ ਸਰਸਾ ਨਦੀ ਦੀ, ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਸੀਗਾ, ਉਹ ਨਦੀ ਦਾ ਜੇ ਪਾਣੀ ਚੜ੍ਹਿਆ ਸੀ ਤਾਂ ਜ਼ਿਆਦਾਤਰ ਕਾਰਨ ਦੱਸੇ ਜਾ ਰਹੇ ਨੇਗੇ ਕਿ ਤਾਂ ਪਰਿਵਾਰ ਦਾ ਵਿਛੋੜਾ ਹੋਇਆ ਸੀਗਾ। ਸਰਸਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਸੀਗਾ, ਨਹੀਂ ਤਾਂ ਪਰਿਵਾਰ ਹੋ ਸਕਦਾ ਇਕੱਠੇ ਰਹਿੰਦਾ, ਅਤੇ ਉਹ ਸਰਸਾ ਨਦੀ ਅੱਜ ਵੀ ਇੱਥੋਂ ਦੀ ਵਹਿੰਦੀ ਹੈ ਜਾਂ ਫਿਰ ਉਹ ਬੰਦ ਹੋ ਗਈ? ਜੋ ਸਰਸਾ ਨਦੀ ਸੀ ਉਸ ਬਰਸਾਤੀ ਨਦੀ ਸੀ ਜੀ, ਜੋ ਕਿ ਉਸ ਸਮੇਂ ਵਰਖਾ ਹੋਣ ਦੇ ਕਾਰਨ ਬਹੁਤ ਜ਼ਿਆਦਾ ਪਾਣੀ ਨਾਲ ਵੱਧ ਚੁੱਕੀ ਸੀ। ਉਹ ਨਦੀ ਅੱਜ ਖਤਮ ਹੋ ਚੁੱਕੀ ਹੈ, ਬਰਸਾਤੀ ਨਦੀ ਹੈ, ਥੋੜ੍ਹਾ ਬਹੁਤਾ ਬਰਸਾਤਾਂ ਨੂੰ ਉਸ ਵਿੱਚ ਪਾਣੀ ਆਉਂਦਾ ਹੈ। ਨਾਲ ਨਹਿਰ ਬਣਨ ਦੇ ਕਾਰਨ
ਉਸ ਨੂੰ ਬੰਨ੍ਹ ਮਾਰੇ ਗਏ ਜਦੋਂ ਨਹਿਰ ਬਣਦੀ ਸੀ। ਉਸ ਉਪਰੰਤ ਉਹ ਨਦੀ ਥੋੜ੍ਹਾ ਕਿਲੋਮੀਟਰ ਅੱਗੇ ਚਲੀ ਗਈ। ਉਹ ਨਦੀ ਅੱਜ ਵੀ ਇੱਕ ਨਾਲੇ ਦੇ ਰੂਪ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਦੇ ਰੂਪ ਵਿੱਚ ਵਹਿੰਦੀ ਹੈ। ਅਤੇ ਬਾਬਾ ਜੀ, ਕਿਹੜੇ ਕਿਹੜੇ ਦਿਹਾੜੇ ਨੇ ਜਿਹੜੇ ਇਸ ਗੁਰੂ ਘਰ ਦੇ ਵਿੱਚ ਮਨਾਏ ਜਾਂਦੇ? ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਦਿਹਾੜੇ ਇਸ ਪਾਵਨ ਪਵਿੱਤਰ ਸਥਾਨ 'ਤੇ ਮਨਾਏ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ ਅਤੇ ਹੋਰ ਗੁਰੂ ਗੋਬਿੰਦ ਸਿੰਘ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਅਤੇ ਜੋਤੀ ਜੋਤ ਗੁਰਪੁਰਬ ਇਸ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਛੋਟੇ ਸਾਹਿਬਜ਼ਾਦਿਆਂ ਦਾ, ਬੜੇ ਸਾਹਿਬਜ਼ਾਦਿਆਂ ਦਾ, ਜੋਤੀ ਜੋਤ ਪੁਰਬ ਇਸ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। 13 ਤਰੀਕ ਨੂੰ ਆਰੰਭ ਹੋ ਕੇ 15 ਤਰੀਕ ਨੂੰ ਇੱਥੇ ਜੋ ਸਭਾ ਚੱਲੀ ਸੀ ਉਸ ਦੇ ਭੋਗ ਪਏ ਸਨ, ਉਸ ਉਪਰੰਤ ਦੀਵਾਨ ਸਜੇ ਸਨ। ਅਤੇ ਇੱਕ ਵਾਰ ਪਤਾ ਜ਼ਰੂਰ ਦੱਸ ਦਿਓ ਕਿ ਕਈ ਸੰਗਤ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਸਥਾਨ 'ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਥਿਤ ਹੈਗਾ, ਇੱਕ ਵਾਰ ਇਸ ਜਗ੍ਹਾ ਦਾ ਐਡਰੈਸ ਜ਼ਰੂਰ ਦੱਸ ਦਿਓ। ਇਹ ਸਥਾਨ ਜੀ ਨੈਸ਼ਨਲ ਹਾਈਵੇ ਚੰਡੀਗੜ੍ਹ ਤੋਂ ਉਨਾ, ਉਸ ਨੈਸ਼ਨਲ ਹਾਈਵੇ ਦੇ ਉੱਪਰ ਹੀ ਹੈ ਜੀ। ਪਿੰਡ ਸਰਸਾ ਨੰਗਲ, ਰੋਪੜ ਜ਼ਿਲ੍ਹਾ ਪੈਂਦਾ ਹੈ ਜੀ। ਮੈਂ ਦੱਸਦਾ ਸੰਗਤ ਨੂੰ ਕਿ ਇਹ ਉਹੀ ਅਸਥਾਨ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਦਸਮ ਪਿਤਾ ਸਾਡੇ ਵਾਜਾਂ ਵਾਲੇ ਗੁਰੂ ਦਾ ਪਰਿਵਾਰ 'ਤੇ ਤਿੰਨ ਭਾਗਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਵੰਡਿਆ ਗਿਆ ਸੀ। ਪਰਿਵਾਰ ਤਿੰਨ ਪਰਿਵਾਰ ਦਾ ਵਿਛੋੜਾ ਹੋਇਆ ਸੀ, ਤਿੰਨ ਭਾਗਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਵੰਡਿਆ ਗਿਆ ਸੀ। ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਖੇੜੀ ਲੈ ਗਿਆ ਸੀ, ਜੋ ਅੱਜ ਪਿੰਡ ਸਹੇੜੀ ਦੇ ਨਾਮ ਨਾਲ ਉੱਥੇ ਵੱਸਦਾ ਹੈ। ਅਤੇ ਇਸੇ ਦੇ ਨਾਲ ਹੀ ਮਾਤਾ ਸਾਹਿਬ ਕੌਰ ਜੀ ਅਤੇ ਬਾਕੀ ਸਿੰਘ ਜਿਹੜੇ ਸੀਗੇ ਉਹ ਦਿੱਲੀ ਨੂੰ ਰਵਾਨਾ ਹੋ ਗਏ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਨੂੰ ਚਲੇ ਗਏ ਸਨ। ਅਤੇ ਇਸੇ ਅਸਥਾਨ 'ਤੇ ਜਿਹੜਾ ਪਰਿਵਾਰ ਦਾ ਵਿਛੋੜਾ ਪਿਆ ਸੀ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਵਿੱਚ ਸਥਿਤ ਖੜ੍ਹੇ ਆਂਗੇ। ਅਤੇ ਇੱਥੇ ਕੁਛ ਸਿੱਖ ਸੰਗਤਾਂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਪਰਿਵਾਰ ਵਿਛੋੜਾ ਜੀ ਦੇ ਵਿੱਚ ਆਪਾਂ ਬੈਠੇ ਆਂਗੇ ਜੀ। ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀਗਾ, ਕਿੱਦਾਂ ਦਾ ਲੱਗ ਰਿਹਾ ਇਸ ਸਥਾਨ 'ਤੇ ਆਣ ਕੇ? ਅੱਜ ਤੁਸੀਂ ਪਹੁੰਚੇ ਹੋ, ਅੱਜ ਦੇ ਦਿਨ ਹੀ ਪਰਿਵਾਰ ਹੈ ਜਿਹੜਾ ਇਸ ਸਥਾਨ ਤੋਂ ਵਿਛੜਿਆ ਸੀਗਾ, ਉਸ ਬਾਰੇ ਦੱਸੋ। ਬਸ ਜੀ, ਅੱਜ ਗੁਰੂ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਇੱਥੇ ਆਏ ਹਾਂ, ਔਰ ਕੋਈ ਬਸ ਇਸ ਤਰ੍ਹਾਂ ਹੀ ਗੁਰੂ ਬਾਬਾ ਜੀ ਦੀ ਬਖਸ਼ਿਸ਼ ਦੇ ਨਾਲ ਹੀ ਆਇਆ। ਬਸ ਇਸ ਤੋਂ ਜ਼ਿਆਦਾ ਅਸੀਂ ਕੁਛ ਕਹਿ ਨਹੀਂ ਸਕਦੇ। ਬਾਕੀ ਗੁਰੂ ਬਾਬਾ ਜੀ ਹਰ ਪਾਸੇ ਵਰਤਦੇ ਹੈਗੇ ਨੇ, ਉਹਨਾਂ ਦਾ ਆਪਣਾ ਇੱਕ ਸਵਾਦ ਹੈਗਾ, ਆਪਣੀ ਫੀਲਿੰਗ ਫੀਲ ਕਰਾਉਂਦੇ ਹੈਗੇ ਨੇ ਸੰਗਤਾਂ ਨੂੰ ਕਿ ਹਾਂ ਜੀ ਅਸੀਂ ਪ੍ਰੈਜੈਂਸ ਹੈਗੇ ਹਾਂ। ਬਾਕੀ ਗੁਰੂ ਬਾਬਾ ਜੀ ਦੇ ਸ਼ਬਦ ਵੀ ਇਸ ਤਰ੍ਹਾਂ ਦਾ ਹੀ ਚੱਲ ਰਿਹਾ ਹੈਗਾ, ਉਹ ਆਪ ਹੀ ਆਸੇ ਪਾਸੇ ਹੁੰਦੇ ਹੈਗੇ ਨੇ, ਇੱਧਰ ਉੱਧਰ ਹੀ ਹੁੰਦੇ ਨੇ, ਸੰਗਤਾਂ ਨੂੰ ਜਿਸ ਤਰ੍ਹਾਂ ਮਰਜ਼ੀ ਪਿਆਰ ਦੇ ਕੇ ਆਪਣੇ ਵੱਲ। ਬਸ ਸ਼ਬਦ ਜਿਹੜੇ ਹੈਗੇ ਨੇ ਤੁਹਾਡੇ ਸਾਹਮਣੇ ਹੈਗੇ ਨੇ। ਪਰਿਵਾਰ ਦੇ ਨਾਲ ਆਇਓ ਜੀ? ਹਾਂਜੀ, ਸਾਰੇ ਅਸੀਂ ਦਿੱਲੀ ਦੀ ਸੰਗਤਾਂ ਸਾਰੀਆਂ ਆਈਆਂ, ਇੱਥੇ 250 ਸਿੰਘ ਆਏ ਹੋਏ ਨੇ, ਇੱਥੇ ਅਨੰਦਪੁਰ ਸਾਹਿਬ ਤੋਂ ਅਸੀਂ ਸਵੇਰੇ ਚੱਲੇ ਹਾਂ, ਅਸੀਂ ਇੱਧਰ ਗੁਰਦੁਆਰੇ ਰੁਕਣਾ ਹੈ, ਅਤੇ ਬਸ ਇਸੇ ਤਰ੍ਹਾਂ ਹੀ ਆਏਗੇ, ਬੱਚਿਆਂ ਬੁੱਚੀਆਂ ਸਭ ਦੇ ਨਾਲ ਆਏ ਹਾਂ। ਬੱਚਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਬੱਚੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਿੱਖ ਕੌਮ ਦੇ ਦਸਵੇਂ ਗੁਰੂ, ਉਹਨਾਂ ਦਾ ਪਰਿਵਾਰ ਇਸ ਸਥਾਨ 'ਤੇ ਵਿਛੜ ਗਿਆ ਸੀਗਾ, ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋ? ਹਾਂਜੀ ਹਾਂਜੀ, ਬੱਚੇ ਸਾਡੇ ਬੱਚੇ ਬੱਚੇ ਹੀ ਹੈਗੇ ਨੇ। ਆਓ ਜੀ, ਇਹ ਬੱਚੇ ਹੈਗੇ ਨੇ ਸਾਡੇ। ਆਓ ਵੀਰ ਜੀ, ਆਓ ਇੱਧਰ ਦਿਓ, ਇਹਨਾਂ ਨੂੰ ਥੋੜ੍ਹੇ ਦੋ ਚਾਰ ਵਿਚਾਰਧਾਰਾ ਦੱਸੋ ਇਹਨਾਂ ਨੂੰ।
ਇੱਥੇ ਹੋਰ ਸੰਗਤ ਵੀ ਹੈ ਸਾਡੇ ਨਾਲ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਵੀਰ। ਇਸ ਅਸਥਾਨ ਤੇ ਪਰਿਵਾਰ ਦਾ ਵਿਛੋੜਾ ਪਿਆ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਜੋ ਕਦੇ ਵੀ ਮੁੜ ਕੇ ਵਾਪਸ ਮਿਲ ਨਾ ਸਕਿਆ, ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੇ ਇਸ ਅਸਥਾਨ ਤੇ ਅੱਜ ਤੁਸੀਂ ਪਹੁੰਚੇ ਹੋ, ਬੜੀ ਦੂਰ ਤੋਂ ਆਏ ਹੋਗੇ, ਕਿੱਦਾਂ ਦਾ ਸੇਵਾਦਾਰ ਹੈਗੇ ਨੇ ਸਾਰੇ ਇਹ ਸਾਰੇ ਬੱਚੇ ਸਾਡੇ? ਹਾਂਜੀ ਹਾਂਜੀ, ਬੜੀ ਦੂਰ ਤੋਂ ਆਏ ਹੋਗੇ, ਤੇ ਅੱਜ ਦੇ ਦਿਨੀ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀ ਇਸ ਅਸਥਾਨ ਤੋਂ, ਉਸ ਚੀਜ਼ ਨੂੰ ਲੈ ਕੇ ਦਿਲ ਦੇ ਵਿੱਚ ਕਿੰਨਾ ਕੁ ਜਿਹੜਾ ਦਰਦ ਹੈਗਾ? ਬਹੁਤ ਦਰਦ ਹੈ ਜੀ। ਆਪਣਾ ਗੁਰੂ ਸਾਹਿਬ ਦੇ ਬੱਚੇ ਛੋਟੇ ਛੋਟੀ ਉਮਰ 'ਚ ਸਾਰੇ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ, ਤਾਂ ਗੁਰੂ ਸਾਹਿਬ ਨੇ ਵੀ ਆਪਣੇ ਬੱਚਿਆਂ ਨੂੰ, ਜਿੱਦਾਂ ਹੁਣ ਅੱਜ ਕੱਲ੍ਹ ਦੇ ਬੱਚੇ ਆਪਣੇ ਬੱਚਿਆਂ ਦਾ, ਮਾਂ ਪਿਓ ਆਪਣੇ ਬੱਚਿਆਂ ਦਾ ਵਿਸਾ ਨਹੀਂ ਖਾਂਦੇ, ਉਸ ਟਾਈਮ ਦੇ ਗੁਰੂ ਸਾਹਿਬ ਨੇ ਬਿਲਕੁਲ ਆਪਣੇ ਬੱਚਿਆਂ ਦੀ ਕੇਅਰ ਨਹੀਂ, ਕੁਛ ਨਹੀਂ। ਤਾਂ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਮੇਰੇ ਬੱਚੇ ਆ, ਕਿ ਜਿਹੜੇ ਚਾਰ ਉਹ ਵੀ ਗਏ ਅਤੇ ਜਿਹੜੇ ਬਾਕੀ ਸਿੰਘ ਗਏ ਉਹ ਵੀ ਸਾਰੇ ਮੇਰੇ ਬੱਚੇ ਆ। ਬਹੁਤ ਇਤਿਹਾਸਿਕ ਥਾਂ ਹੈ ਅਤੇ ਖੜ੍ਹੇ ਹੋ ਕੇ ਇੱਥੇ ਨਾ ਅੱਜ ਲੂੰ ਕੰਢੇ ਖੜ੍ਹੇ ਹੁੰਦੇ ਆ, ਅਤੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਦੁੱਖ ਹੈਗਾ ਇਸ ਅਸਥਾਨ 'ਤੇ ਨਾ, ਮਤਲਬ ਰੋਣਾ ਆ ਰਿਹਾ ਹੈਗਾ ਕਿ ਇਸੇ ਅਸਥਾਨ ਤੋਂ ਪਰਿਵਾਰ ਵਿਛੜਿਆ ਸੀ। ਜੇ ਇਸ ਅਸਥਾਨ 'ਤੇ ਨਾ ਵਿਛੜਦਾ ਤਾਂ ਹੋ ਸਕਦਾ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾ ਹੁੰਦੀ, ਵੱਡੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ, ਪਰਿਵਾਰ ਇੱਕੋ ਇਕੱਠਾ ਰਹਿੰਦਾ ਇਸੇ ਜਗ੍ਹਾ 'ਤੇ। ਇਹੀ ਉਹ ਜਗ੍ਹਾ ਹੈਗੀ ਜਿੱਥੋਂ ਪਰਿਵਾਰ ਵਿਛੜਿਆ ਸੀਗਾ। ਮਾਂ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਗੰਗੂ ਬ੍ਰਾਹਮਣ ਦੇ ਘਰ ਚਲੇ ਗਏ ਸੀਗੇ, ਅਤੇ ਇਸੇ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਨੂੰ ਚਲੇ ਗਏ ਸੀ, ਅਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਸਿੰਘਾਂ ਦੇ ਨਾਲ ਉਹਨਾਂ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ ਸੀਗੇ, ਅਤੇ ਉਹਨਾਂ ਮਾਵਾਂ ਨੂੰ ਆਪਣੇ ਪੁੱਤਰ ਮੁੜ ਕੇ ਨਾ ਮਿਲੇ।